ਅਚਾਨਕ ਥਾਣੇ ਪਹੁੰਚੇ ਗਾਇਕ ਮਨਕਿਰ ਤੌਲਕ, ਜਿਸ ਨੂੰ ਲੈ ਕੇ ਲੋਕ ਹੈਰਾਨ ਹੋ ਗਏ। ਆਲੇ ਦੁਆਲੇ ਖੜੀ ਭੀੜ ਵੀਡੀਓ ਬਣਾਉਣ ਲੱਗ ਪਈ ਅਤੇ ਸੋਸ਼ਲ ਮੀਡੀਆ 'ਤੇ ਪਾਉਣ ਲੱਗ ਪਏ ਕਿ ਮਨਕਿਰ ਤੌਲਕ ਨੂੰ ਫੇਰ ਸੱਦ ਲਿਆ ਇਹ ਪੁਲਿਸ ਨੇ। ਪਰ ਇਹਦੀ ਸੱਚਾਈ ਕੀ ਹੈ ਉਹ ਤੁਹਾਨੂੰ ਬਾਅਦ 'ਚ ਦੱਸਾਂਗੇ। ਪਰ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਇਹ ਪਟਿਆਲਾ ਕੋਤਵਾਲੀ ਥਾਣੇ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਮਨਕਿਰ ਤੌਲਕ ਆਪਦੀ ਗੱਡੀ 'ਚ ਬਹਿੰਦੇ ਹੋਏ ਵਿਖਾਈ ਦੇ ਰਹੇ ਨੇ। ਦਰਅਸਲ ਬੀਤੇ ਦਿਨ ਵੀ ਜਿਹੜੇ ਮਨਕਿਰ ਤੌਲਕ ਨੇ ਉਹ ਚਰਚਾ ਦਾ ਵਿਸ਼ਾ ਬਣੇ ਰਹੇ, ਕਿਉਂਕਿ ਕੁਝ ਫੋਟੋਜ਼ ਜਿਹੜੀਆਂ ਸਕਰੀਨ 'ਤੇ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹ ਮਨਕਿਰ ਤੌਲਕ ਦੀਆਂ ਵਾਇਰਲ ਹੋ ਰਹੀਆਂ ਸੀ। ਕਈ ਲੋਕਾਂ ਦੇ ਵੱਲੋਂ ਇਸ ਫੋਟੋਜ਼ ਨੂੰ ਇਹ ਕਹਿ ਕੇ ਚਲਾਇਆ ਗਿਆ ਕਿ ਮਨਕਿਰ ਤੌਲਕ 'ਤੇ ਹਮਲਾ ਹੋਇਆ ਏ। ਹੋਰ ਕਈ ਚੀਜ਼ਾਂ ਨੂੰ ਲੈ ਕੇ ਇਹ ਫੋਟੋ ਪੋਸਟ ਕੀਤੀ ਗਈ ਲੋਕਾਂ ਦੇ ਵੱਲੋਂ, ਵਾਇਰਲ ਕੀਤਾ ਗਿਆ ਇਸ ਨੂੰ। ਪਰ ਇਸ ਦੇ ਪਿੱਛੇ ਦਾ ਵੀ ਤੁਹਾਨੂੰ ਸੱਚ ਦੱਸਾਂਗੇ ਕਿ ਆਖਿਰਕਾਰ ਸੱਚ ਕੀ ਹੈ। ਦਰਅਸਲ ਪਹਿਲੀ ਵੀਡੀਓ ਜਿਹੜੀ ਤੁਸੀਂ ਦੇਖੀ, ਜਿਸ ਦੇ ਵਿੱਚ ਮਨਕਿਰ ਤੌਲਕ ਪਟਿਆਲਾ ਦੀ ਕੋਤਵਾਲੀ ਥਾਣੇ ਦੇ ਵਿੱਚੋਂ ਬਾਹਰ ਨਿਕਲ ਰਹੇ ਨੇ, ਦਰਅਸਲ ਉਹ ਵੀਡੀਓ ਤਾਂ ਇੱਕਦਮ ਅਸਲੀ ਹੈ, ਫੇਕ ਵੀਡੀਓ ਬਿਲਕੁਲ ਨਹੀਂ ਹੈ ਇਹ। ਪਰ ਤੁਸੀਂ ਅਫਵਾਹਾਂ ਤੋਂ ਬਚੋ, ਕਿਉਂਕਿ ਇਹ ਵੀਡੀਓ ਪਟਿਆਲਾ ਦੇ ਕੋਤਵਾਲੀ ਥਾਣੇ ਦੀ ਜ਼ਰੂਰ ਹੈ, ਪਰ ਮਨਕਿਰ ਤੌਲਕ ਦੇ ਜਿਹੜੇ ਮਿੱਤਰ ਨੇ ਉਹ ਇਸ ਕੋਤਵਾਲੀ ਥਾਣੇ ਦੇ ਵਿੱਚ SHO ਲੱਗੇ ਹੋਏ ਨੇ। ਤਾਂ ਮਨਕਿਰ ਤੌਲਕ ਆਪਣੇ ਮਿੱਤਰ ਨੂੰ ਮਿਲਣ ਕੋਤਵਾਲੀ ਥਾਣਾ ਪਹੁੰਚੇ, ਜਿਹੜੇ ਕਿ ਉੱਥੇ ਦੇ SHO ਨੇ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਵਾਪਸ ਹੋ ਪਏ। ਅਤੇ ਇਸੇ ਦੌਰਾਨ ਫੈਨਸ ਦੇ ਵੱਲੋਂ ਵੀਡੀਓ ਬਣਾ ਲਈ ਗਈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ ਗਿਆ, ਜਿਸ ਕਰਕੇ ਫੇਕ ਨਿਊਜ਼ ਵਾਇਰਲ ਹੋ ਰਹੀ ਹੈ ਕਿ ਮਨਕਿਰ ਤੌਲਕ ਨੂੰ ਪੁਲਿਸ ਨੇ ਫਿਰ ਸੱਦ ਲਿਆ ਹੈ। ਪਰ ਅਫਵਾਹਾਂ ਤੋਂ ਬਚੋ ਕਿ ਮਨਕਿਰ ਤੌਲਕ ਨੂੰ ਪੁਲਿਸ ਨੇ ਨਹੀਂ ਸੱਦਿਆ ਹੈ। ਮਨਕਿਰ ਤੌਲਕ ਆਪਣੇ ਮਿੱਤਰ ਨੂੰ ਮਿਲਣ ਗਏ ਸੀ, ਮਿੱਤਰ ਜੋ ਕਿ ਇਸ ਕੋਤਵਾਲੀ ਥਾਣੇ ਦੇ ਵਿੱਚ SHO ਲੱਗਿਆ ਹੋਇਆ ਹੈ, ਉਸ ਨੂੰ ਮਿਲਣ ਗਏ ਸੀ ਸਪੈਸ਼ਲੀ, ਕਿਉਂਕਿ ਪਟਿਆਲਾ ਵਿਖੇ ਮਨਕਿਰ ਤੌਲਕ ਕਿਸੇ ਗਾਣੇ ਦੀ ਸ਼ੂਟਿੰਗ ਕਰ ਰਹੇ ਸੀ, ਉਸ ਦੌਰਾਨ ਉਹ SHO ਨੂੰ ਮਿਲਣ ਚੱਲ ਪਏ। ਤਾਂ ਗੱਲ ਕਰਦੇ ਹਾਂ ਦੂਸਰੀ ਫੋਟੋਜ਼ ਦੀਆਂ, ਜਿਹੜੀ ਫੋਟੋਜ਼ ਵਾਇਰਲ ਹੋ ਰਹੀਆਂ ਨੇ ਕਿ ਮਨਕਿਰ ਤੌਲਕ 'ਤੇ ਹਮਲਾ ਹੋਇਆ ਹੈ, ਮਨਕਿਰ ਤੌਲਕ ਦੇ ਸੱਟਾਂ ਵੱਜੀਆਂ ਨੇ। ਦਰਅਸਲ ਇਹ ਜਿਹੜੀਆਂ ਫੋਟੋਆਂ ਤੁਹਾਨੂੰ ਦਿਖਾ ਰਹੇ ਹਾਂ, ਇਹ ਮੇਕਅਪ ਕੀਤਾ ਹੋਇਆ ਮਨਕਿਰ ਤੌਲਕ ਨੇ, ਇਹ ਕਿਸੇ ਗਾਣੇ ਦੀ ਸ਼ੂਟਿੰਗ ਨੂੰ ਲੈ ਕੇ ਮੇਕਅਪ ਕੀਤਾ ਗਿਆ। ਅਤੇ ਮਨਕਿਰ ਤੌਲਕ ਨੇ ਇਹ ਫੋਟੋਜ਼ ਆਪਣੇ ਸੋਸ਼ਲ ਮੀਡੀਆ 'ਤੇ ਖੁਦ ਹੀ ਅਪਲੋਡ ਕੀਤੀਆਂ, ਪਰ ਕਈ ਲੋਕਾਂ ਦੇ ਵੱਲੋਂ ਇਹਨਾਂ ਨੂੰ ਇਹ ਕਹਿ ਕੇ ਵਾਇਰਲ ਕੀਤਾ ਗਿਆ ਕਿ ਮਨਕਿਰ ਤੌਲਕ 'ਤੇ ਹਮਲਾ ਹੋ ਗਿਆ ਹੈ। ਤਾਂ ਹੁਣ ਦੋਨੋਂ ਖਬਰਾਂ ਦੀ ਤੁਹਾਨੂੰ ਪੁਸ਼ਟੀ ਕਰ ਰਹੇ ਹਾਂ। ਕਈ ਲੋਕ ਤਾਂ ਮਨਕਿਰ ਤੌਲਕ ਦਾ ਨਾਮ ਹੁਣ ਨਿੱਕੇ ਸ਼ੋਭਨ ਦੇ ਨਾਲ ਜੋੜਦੇ ਹੋਏ ਦਿਖਾਈ ਦਿੱਤੇ ਨੇ। ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਲੋਕ ਵੱਧ ਤੋਂ ਵੱਧ ਲੋਕ ਇਹਨਾਂ ਅਫਵਾਹਾਂ ਤੋਂ ਬਚਣ ਅਤੇ ਫੈਕਟ 'ਤੇ ਰਹਿਣ ਕਿ ਨਾ ਹੀ ਮਨਕਿਰ ਤੌਲਕ 'ਤੇ ਹਮਲਾ ਹੋਇਆ ਹੈ ਅਤੇ ਨਾ ਹੀ ਮਨਕਿਰ ਤੌਲਕ ਨੂੰ ਪੁਲਿਸ ਨੇ ਸੱਦਿਆ ਹੈ।